स्वागत है दर्शकों, मैं जगवीर आजाद इस वक्त हल्का नियाज सिंह गलौ के अधीन पेंदे पिंड दीना साहब के मौजूद हाँ। तुम देख सकते हो कि जो पराली नाल भरे ट्रैक्टर ट्राली से वो जिहड़े अगे बिजली दियां तारां दे नाल टकराउण कारण अग ज़्यादा लग चुकी सी और इत्थे जिहड़ियां फायर ब्रिगेड दियां दो गड्डियां पहुँच चुकियां ने मौके ते और लोकां वल्लों भी कोशिश की जा रही अग बुझाउण वास्ते ते पुलिस प्रशासन भी मौके ते मौजूद आ और आस पास के लोग आ जिन्हें भी उन्हां वल्लों भी अग बुझाउण की कोशिश की जा रही आ ते फायर ब्रिगेड की जिहड़ी दूसरी गड्डी इत्थे पहुंची सी। हाँ जी प्रधान जी, ਇਹ ਮੈਂ ਪ੍ਰਸ਼ਾਸਨ ਨੂੰ ਬੇਨਤੀ ਕਰਦਾ ਤੁਹਾਡੇ ਮਾਧਿਅਮ ਰਾਹੀਂ ਜੀ, ਇਹ ਫੇਲ ਗੇੜ ਇੱਕ ਤਾਂ ਪਹਿਲਾਂ ਆਈ ਸੀ, ਇੱਕ ਤਾਂ ਹੁਣ ਲੈ ਕੇ ਇਹ ਨਾ ਫੇਲ ਹੋਈ ਆ ਗੱਡੀ, ਜਮਾ ਇਹਨਾਂ ਕੋਲ ਨਾ ਪਾਣੀ ਆ ਨਾ ਚੱਲਦੀ ਹੈ ਜੀ, ਨਾ ਪ੍ਰਸ਼ਾਸਨ ਖੜਾ ਸਾਰਾ, ਕੋਈ ਇਹਨਾਂ ਦਾ ਬੰਦੋਬਸਤ ਨਹੀਂ। ਉਹ ਦੇਖੋ ਅੱਗ ਲੱਗੀ ਹੁੰਦੀ ਆ, ਕਰਦੇ ਕਰਦੇ ਸੋ ਮੁਲਾਜ਼ਮਾਂ ਦਾ ਕਹਿਣਾ ਕਿ ਪਾਣੀ ਚੈੱਕ ਕਰੋ, ਸੋ ਉਹਨਾਂ ਦਾ ਕਹਿਣਾ ਕਿਉਂਕਿ ਫਾਇਰ ਬ੍ਰਿਗੇਡ ਆ ਦੂਸਰੀ ਵੀ ਇੱਥੇ ਪਹੁੰਚੀ ਹੋਈ ਚੁੱਕੀ ਆ, ਪਰ ਕਿਸਾਨ ਆਗੂ ਜਿਹੜੇ ਕਹਿ ਰਹੇ ਆ ਪਾਣੀ ਨੀ ਗਾ, ਪਰ ਜਿਹੜੇ ਮੁਲਾਜ਼ਮ ਆ ਕੋਈ ਪਹਿਲਾਂ ਇਹਨਾਂ ਦੀ ਗੱਡੀ ਨੀ ਚੱਲਦੀ ਸਰ, ਨਾ ਫੇਲ ਗੱਡੀ ਕੁਛ ਨੀ ਇਹਨਾਂ ਕੋਲੇ ਬੰਦੋ। ਪ੍ਰਧਾਨ ਜੀ ਪ੍ਰਧਾਨ ਜੀ, ਦੂਸਰੀ ਗੱਡੀ ਵੀ ਲੱਗੀ ਹੋਈ ਆ, ਕਿਸਾਨ ਦੇ ਉੱਥੇ ਬਾਂਹ ਸੜ ਜਾਂਦੀ, ਕੀ ਨੁਕਸਾਨ ਸੀ? ਮੇਰੀ ਗੱਲ ਸੁਣੋ, ਮੈਨੂੰ ਲੱਗਦਾ ਘਰ ਵੀ ਮੱਚਣਗੇ ਇੱਥੇ ਸਾਰਾ ਪਿੰਡ। ਪ੍ਰਧਾਨ ਜੀ ਉਹਨਾਂ ਦਾ ਕਹਿਣਾ ਕਿ ਦੂਸਰੀ ਗੱਡੀ ਵੀ ਇੱਥੇ ਪਹੁੰਚੀ ਹੋਈ ਹੈ, ਇਹਦੇ ਵਿੱਚ ਪਾਣੀ ਹੈ ਜੀ, ਇਹਦੇ ਵਿੱਚ ਫਿਰ ਕੀ ਪ੍ਰੋਬਲਮ ਕੀ ਆਗੀ? ਹੁਣੇ ਚੈੱਕ ਕਰੋ ਤਾਂ ਜਦੋਂ ਮੰਗਦਾ ਪਾਣੀ। ਸੋ ਦਰਸ਼ਕੋ ਤਸਵੀਰਾਂ ਜਿਹੜੀਆਂ ਉਹ ਤੁਹਾਨੂੰ ਦਿਖਾ ਰਹੀ ਹਾਂ, ਸੋ ਪਾਣੀ ਵੀ ਭਰੀ ਹੋਈ ਹੈ ਪਰ ਇਹਨਾਂ ਦਾ ਟੈਕਨੀਕਲ ਪ੍ਰੋਬਲਮ ਆਈ ਹੈ। ਸੋ ਦਰਸ਼ਕੋ ਜਿਹੜੀ ਦੂਸਰੀ ਫਾਇਰ ਬ੍ਰਿਗੇਡ ਆ ਉਹ ਦੂਸਰੇ ਪਾਸੇ ਲੱਗੀ ਹੋਈ ਆ ਤੇ ਜਿਹੜੀ ਇਹ ਗੱਡੀ ਲੈ ਕੇ ਆਉਂਦੀ ਹੈ ਇਹਨਾਂ ਨੇ, ਇਹਦੇ ਵਿੱਚ ਟੈਕਨੀਕਲ ਪ੍ਰੋਬਲਮ ਆ, ਪਰ ਇੱਥੇ ਕਿਸਾਨ ਆਗੂ ਆ ਜਿਹੜੇ ਉਹ ਵੀ ਗੁੱਸਾ ਕੱਢ ਰਹੇ ਨੇ ਕਿ ਜਿਹੜਾ ਪੁਲਿਸ ਵੱਲੋਂ ਕੋਈ ਕਾਰਵਾਈ ਨਹੀਂ ਕੀਤੀ ਜਾ ਰਹੀ। ਸੋ ਕਿਤੇ ਨਾ ਕਿਤੇ ਲਾਈਵ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਪਾਣੀ ਬਿਲਕੁਲ ਪੂਰਾ, ਪਰ ਟੈਕਨੀਕਲ ਪ੍ਰੋਬਲਮ ਆਉਣ ਕਰਕੇ ਜਿਹੜਾ ਪਾਣੀ ਨਹੀਂ ਛੱਡਿਆ ਜਾ ਰਿਹਾ। ਸੋ ਬਿਲਕੁਲ ਬਿਲਕੁਲ, ਸੋ ਟੈਕਨੀਕਲ ਪਾਣੀ ਹੈ। ਸੋ ਤਸਵੀਰਾਂ ਚਮਕੌਰ ਸਰ, ਹੁਣ ਪ੍ਰੋਬਲਮ ਕੀ ਹੈ ਜੀ? ਟੈਕਨੀਕਲ ਪ੍ਰੋਬਲਮ ਆ ਗਈ, ਦੂਸਰੀ ਲੱਗੀ ਹੋਈ ਆ ਜੀ। ਸੋ ਤਸਵੀਰਾਂ ਦੇ ਵਿੱਚ ਤੁਸੀਂ ਦੇਖ ਸਕਦੇ ਹੋ ਕਿ ਜਿਹੜੇ ਕਿਸਾਨ ਆਗੂ ਆ ਜਿਹੜੇ ਫਾਇਰ ਬ੍ਰਿਗੇਡ ਦੇ ਮੁਲਾਜ਼ਮ ਆ ਉਹਨਾਂ ਦੇ ਨਾਲ ਜਿਹੜੀ ਤੂੰ ਮੈਂ ਵੀ ਹੋਈ ਆ, ਪਰ ਨਾਲ ਦੀ ਨਾਲ ਦੂਸਰੀ ਫਾਇਰ ਬ੍ਰਿਗੇਡ ਵੀ ਪਹੁੰਚੀ ਹੋਈ ਆ। ਟੈਕਨੀਕਲ ਪ੍ਰੋਬਲਮ ਕਾਰਨ ਜਿਹੜਾ ਜੀ 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 ਬਿਲਕੁਲ ਜੀ, ਜੀ ਸੋ ਮੁਲਾਜ਼ਮਾਂ ਦਾ ਕਹਿਣਾ ਕਿ ਟੈਕਨੀਕਲ ਪ੍ਰੋਬਲਮ ਕਰਕੇ ਜਿਹੜਾ ਪਾਣੀ ਨਹੀਂ ਚੱਲਿਆ, ਪਰ ਫਾਇਰ ਬ੍ਰਿਗੇਡ ਦੂਸਰੀ ਵੀ ਇੱਥੇ ਮੌਕੇ ਤੇ ਪਹੁੰਚੀ ਹੋਈ ਆ ਔਰ ਅੱਗ ਤੇ ਕਾਬੂ ਆ ਜਿਹੜਾ ਬਿਲਕੁਲ ਪਾ ਲਿਆ ਗਿਆ ਔਰ ਦੋ ਗੱਡੀਆਂ ਇੱਥੇ ਪਹੁੰਚੀਆਂ ਹੋਈਆਂ, ਪਹਿਲਾਂ ਵੀ ਇੱਕ ਪਹੁੰਚੀ ਸੀਗੀ ਤੇ ਲੋਕ ਵੀ ਆਸ ਪਾਸ ਦੇ ਇੱਥੇ ਪਹੁੰਚੇ ਹੋਏ ਨੇ ਤੇ ਕਿਸਾਨਾਂ ਦੇ ਨਾਲ ਥੋੜੀ ਬਹਿਸ ਵੀ ਹੋਈ ਸੀ। ਉਹਨਾਂ ਦਾ ਕਹਿਣਾ ਕਿ ਪਾਣੀ ਗੱਡੀ ਦੇ ਵਿੱਚ ਨਹੀਂ ਆ, ਪਰ ਗੱਡੀ ਦੇ ਵਿੱਚ ਪਾਣੀ ਜ਼ਰੂਰ ਸੀ ਫਾਇਰ ਬ੍ਰਿਗੇਡ ਦੀ, ਤੇ ਉਹਨਾਂ ਦਾ ਕਹਿਣਾ ਕਿ ਟੈਕਨੀਕਲ ਪ੍ਰੋਬਲਮ ਕਰਕੇ ਜਿਹੜੀ ਫਾਇਰ ਬ੍ਰਿਗੇਡ ਆ ਉਹ ਨਹੀਂ ਚੱਲ ਸਕੀ। ਸੋ ਅੱਗ 'ਤੇ ਜਿਹੜਾ ਕਾਬੂ ਪਾ ਲਿਆ ਗਿਆ ਹੈ, ਤਸਵੀਰਾਂ ਤੁਸੀਂ ਦੀਨਾ ਸਾਹਿਬ ਦੀਆਂ ਦੇਖ ਰਹੇ ਹੋ ਕਿ ਅਚਾਨਕ ਜਿਹੜਾ ਸ਼ਾਰਟ ਸਰਕਟ ਦੇ ਨਾਲ ਤਾਰ ਦੇ ਨਾਲ ਲੱਗਣ ਕਾਰਨ ਪਰਾਲੀ ਨਾਲ ਭਰੀ ਜਿਹੜੀ ਟਰਾਲੀ ਸੀ ਉੱਥੇ ਅੱਗ ਲੱਗ ਚੁੱਕੀ ਸੀ, ਪਰ ਵੱਡੀ ਗਿਣਤੀ ਦੇ ਵਿੱਚ ਇੱਥੇ ਲੋਕ ਮੌਜੂਦ ਨੇ ਔਰ ਫਾਇਰ ਬ੍ਰਿਗੇਡ ਦੀ ਜਿਹੜੀ ਇੱਕ ਗੱਡੀ ਹੈ। ਪ੍ਰਧਾਨ ਜੀ ਕੀ ਕਹਿਣਾ ਚਾਹੋ, ਅਸਲ ਗੱਲ ਕੀ ਹੈ? ਪ੍ਰਸ਼ਾਸਨ ਸਾਰਾ ਫੇਲ ਆ, ਮੈਂ ਜਈ ਨੂੰ ਫੋਨ ਲਾਇਆ ਜੀ, ਨਾ ਉਹ ਲੈਟ ਛੱਡਦੇ ਨਾ ਫੋਨ ਚੱਕਦੇ, ਫੋਨ ਬੰਦ ਚੈੱਕ ਕਰਤਾ ਤੁਹਾਨੂੰ ਜੀ, ਸਰਕਾਰ ਇਹ ਫੇਲ ਹੈ, ਕੋਈ ਇਹਨਾਂ ਕੋਲ ਬੰਦੋਬਸਤ ਨਹੀਂ, ਆਹ ਫਾਇਰ ਬ੍ਰਿਗੇਡ ਫਾਣਾ ਹੀ ਆ, ਇੱਕ ਇੱਥੇ 100 ਲੀਟਰ ਪਾਣੀ ਲੈ ਕੇ ਆਇਆ ਸੀ। ਜਦੋਂ ਅੱਗ ਲੱਗੀ ਕਿੰਨੇ ਟਾਈਮ ਬਾਅਦ ਫਾਇਰ ਬ੍ਰਿਗੇਡ ਪਹੁੰਚੀ? ਤਿੰਨ ਘੰਟੇ ਹੋ ਗਏ, ਧੂਆਂ ਨੀ ਹੈ।
प्रशासन मौके ते पहुंच जांदा पर ढाई घंटे तो इत्थे जिहड़ी फायर ब्रिगेड नहीं पहुंची है भी इन्हां दा गुस्सा और दूजे पासे लाइट ना होण कारण आस पास दे लोकां ने अग ते काबू पाउण दी कोशिश कीती आ। वड्डी गिणती दे विच इत्थे लोक मौजूद आ। जिहड़ी दूसरी फायर ब्रिगेड इत्थे पहुंची सी टैक्निकल प्रॉब्लम करके उन्हां दा कहना कि नहीं चली, फिलहाल एक अजे वर्क हो रहा। ते प्रधान जी नुकसान किन्ना होया? ਪ੍ਰਸ਼ਾਸਨ ਦੀ ਜ਼ਿੰਮੇਵਾਰੀ ਹੈ। ਪ੍ਰਸ਼ਾਸਨ ਆਪਣਾ ਤਾਰ ਕਸੇ ਨਾਂਗਾ ਨੇ ਦਾ ਟ੍ਰੇਲੀ ਨੇ ਦਾ ਨਾਂਗੇ ਵੇਚ ਦੇ ਕੋਈ ਲੰਘਣਾ ਜੀ। ਤੇ ਅਸੀਂ ਇੱਕ ਹੋਰ ਬੇਨਤੀ ਕਰਦੇ ਹਾਂ ਵੀ ਜਿਹੜਾ ਆਹ ਹੁਣ ਇੰਨਾ ਪ੍ਰਦੂਸ਼ਣ ਇੱਥੇ ਹੋਇਆ ਜੀ, ਜੇ ਅਸੀਂ ਉੱਥੇ ਬਾਂਹ ਚ ਬਾਲ ਗਏ ਥੋੜਾ ਥੋੜਾ ਕਰਕੇ ਇੰਨਾ ਦਾ ਨੁਕਸਾਨ ਉੱਥੇ ਹੋਣਾ ਲੱਗੀ ਨਾ, ਇੰਨਾ ਧੂੰਆਂ ਹੋਣਾ ਸੀਗਾ। ਹੁਣ ਮੈਨੂੰ ਤਾਂ ਲੱਗਦਾ ਹੈ ਧੂੰਏ ਤੋਂ ਬਾਅਦ ਚ ਪਤਾ ਲੱਗੂ ਕਿੰਨਾ ਕੁ ਦੁਕਾਨਾਂ ਤੇ ਦੁਕਾਨਾਂ ਵੀ ਉਹਨਾਂ ਦੇ ਖੋਸ ਹੋਵੇ ਦੁਕਾਨਾਂ ਹੀ ਮਾਤੀਆਂ ਤੇ ਖੜੇ ਇੱਧਰ ਪਤਾ ਲੱਗੂ ਬਾਅਦ ਚ। ਸੋ ਦਰਸ਼ਕੋ ਜਾਣਕਾਰੀ ਦੱਸ ਦਈਏ ਕਿ ਪਿਛਲੇ ਦਿਨ ਬਾਘਾ ਪੁਰਾਣਾ ਦੇ ਵਿੱਚ ਵੀ ਅੱਗ ਲੱਗੀ ਸੀ ਔਰ ਲੋਕਾਂ ਨੇ ਕਾਬੂ ਪਾਇਆ ਸੀ ਔਰ ਇੱਕ ਫਾਇਰ ਬ੍ਰਿਗੇਡ ਅਜੇ ਲੱਗੀ ਹੋਈ ਆ। ਤੇ ਜਿਹੜੇ ਕਿਸਾਨ ਆਗੂ ਉਹਨਾਂ ਦਾ ਕਹਿਣਾ ਕਿ ਜੇਕਰ ਜ਼ਿਆਦਾ ਨੁਕਸਾਨ ਹੋਇਆ ਤਾਂ ਸਰਕਾਰ ਨੂੰ ਜਿਹੜਾ ਮੁਆਵਜ਼ਾ ਦੇਣਾ ਬਣਦਾ। ਤੇ ਦੂਸਰੀ ਗੱਲ ਇਹ ਕਿ ਜਿਹੜਾ ਬਿਜਲੀ ਵਿਭਾਗ ਔਰ ਤੇ ਵੀ ਵੱਡੇ ਸਵਾਲ ਨੇ ਕਿ ਤਾਰਾਂ ਨੂੰ ਜਿਹੜਾ ਉੱਚਾ ਕਰ ਦੇਣਾ ਚਾਹੀਦਾ ਸੀ ਤੇ ਪਰ ਮੌਕੇ ਤੇ ਜਿਹੜੇ ਮੁਲਾਜ਼ਮ ਆਏ ਨੇ ਫਾਇਰ ਬ੍ਰਿਗੇਡ ਦੇ ਉਹ ਲੱਗੇ ਹੋਏ ਨੇ ਤੇ ਅੱਗ ਤੇ ਲਗਭਗ ਕਾਬੂ ਪਾ ਲਿਆ ਗਿਆ ਹੈ। ਤੇ ਫਿਲਹਾਲ ਜਿਹੜੇ ਨੁਕਸਾਨ ਦੀ ਅਜੇ ਅਸੀਂ ਕੋਈ ਗਰੰਟੀ ਨਹੀਂ ਲੈਂਦੇ ਕਿਉਂਕਿ ਕੋਈ ਵੀ ਅਜੇ ਬਿਆਨ ਨਹੀਂ ਦੇ ਸਕਦੇ ਕਿਉਂਕਿ ਤਸਵੀਰਾਂ ਤੁਸੀਂ ਦੇਖ ਸਕਦੇ ਹੋ। ਇਹ ਅੱਗ ਆ ਜਿਹੜੀ ਦੀਨਾ ਸਾਹਿਬ ਦੇ ਵਿੱਚ ਗੁਰਦੁਆਰਾ ਸਾਹਿਬ ਦੇ ਕੋਲ ਲੱਗੀ ਹੈ ਤੇ ਇੱਕ ਬਿਜਲੀ ਦੀ ਤਾਰ ਤੋਂ ਜਿਹੜੀ ਅੱਗ ਲੱਗੀ ਆ ਤੇ ਨਾਲ ਦੀ ਨਾਲ ਜਿਹੜਾ ਬਿਜਲੀ ਵਿਭਾਗ ਦੇ ਵੀ ਸਵਾਲ ਖੜੇ ਹੁੰਦੇ ਨੇ ਕਿ ਜੇਕਰ ਤਾਰ ਉੱਚੀ ਹੁੰਦੀ ਕਿਉਂਕਿ ਟਰਾਲੀ ਨੇ ਤਾਂ ਉਹਨਾਂ ਨੇ ਕਿਹਾ ਕਿ ਰਾਹ ਇੱਥੋਂ ਦੀ ਬਣਿਆ ਹੋਇਆ ਔਰ ਆਸ ਪਾਸ ਦੇ ਲੋਕਾਂ ਨੇ ਜਿਹੜਾ ਅੱਗ ਬੁਝਾਉਣ ਦੀ ਕੋਸ਼ਿਸ਼ ਕੀਤੀ ਆ। ਲਗਭਗ 2-2.5 ਘੰਟੇ ਬਾਅਦ ਇਹਨਾਂ ਨੇ ਕਿਹਾ ਕਿ ਫਾਇਰ ਬ੍ਰਿਗੇਡ ਇੱਥੇ ਪਹੁੰਚੀ ਆ। ਸੋ ਤਸਵੀਰਾਂ ਦੇ ਵਿੱਚ ਦੇਖ ਸਕਦੇ ਹੋ ਕਿ ਹਾਲੇ ਤੱਕ ਜਿਹੜਾ ਲਾਟਾਂ ਚੱਲ ਰਹੀਆਂ ਨੇ ਅਤੇ ਫਾਇਰ ਬ੍ਰਿਗੇਡ ਦੀ ਗੱਡੀ ਆ ਜਿਹੜੀ ਉਹਦੇ ਮੁਲਾਜ਼ਮ ਲੱਗੇ ਹੋਏ ਨੇ ਆਸ ਪਾਸ ਦੇ ਲੋਕ ਵੀ ਬੁਝਾਉਣ ਦੇ ਉੱਪਰ। ਕੋਲ ਹੀ ਟਰਾਂਸਫਾਰਮ ਆ, ਬਹੁਤ ਵੱਡਾ ਹਾਦਸਾ ਹੋ ਸਕਦਾ ਜੀ। ਫਿਲਹਾਲ ਜਿਹੜੀ ਲਾਈਟ ਆ ਜਿਹੜਾ ਕੱਟ ਕਰ ਦਿੱਤੀ ਗਈ ਆ ਅਤੇ 2 ਗੱਡੀਆਂ ਇੱਥੇ ਫਾਇਰ ਬ੍ਰਿਗੇਡ ਦੀਆਂ ਪਹੁੰਚੇ ਜਿਨ੍ਹਾਂ ਦੇ ਵਿੱਚ ਇੱਕ ਟੈਕਨੀਕਲ ਪ੍ਰੋਬਲਮ ਕਰਕੇ ਨਹੀਂ ਚੱਲ ਸਕੀ ਔਰ ਨਾਲ ਦੀ ਨਾਲ ਕਿਸਾਨ ਆਗੂਆਂ ਦਾ ਗੁੱਸਾ ਇਹ ਵੀ ਹੈ ਕਿ ਜਦੋਂ ਪਰਾਲੀ ਨੂੰ ਅੱਗ ਲੱਗਦੀ ਆ ਤਾਂ ਜਿਹੜਾ ਪੁਲਿਸ ਪ੍ਰਸ਼ਾਸਨ ਮੌਕੇ 'ਤੇ ਪਹੁੰਚ ਜਾਂਦਾ ਪਰ ਕਿਤੇ ਨਾ ਕਿਤੇ ਉਹਨਾਂ ਦਾ ਇਹ ਰੋਸਾ ਵੀ ਆ। ਪਰ ਜਾਣਕਾਰੀ ਲਈ ਦੱਸ ਦਈਏ ਕਿ ਇੱਥੇ 2 ਫਾਇਰ ਬ੍ਰਿਗੇਡ ਦੀਆਂ ਗੱਡੀਆਂ ਇੱਥੇ ਪਹੁੰਚੀਆਂ ਸਨ ਅਤੇ ਤਸਵੀਰਾਂ ਦੇ ਵਿੱਚ ਦੇਖ ਸਕਦੇ ਹੋ ਦੀਨਾ ਸਾਹਿਬ ਦੇ ਗੁਰਦੁਆਰਾ ਸਾਹਿਬ ਦੇ ਕੋਲ ਜਿਹੜੀ ਇਹ ਅੱਗ ਲੱਗੀ ਆ। ਫਿਲਹਾਲ ਆ ਜਿਹੜਾ ਬਿਜਲੀ ਵਿਭਾਗ ਔਰ ਪ੍ਰਸ਼ਾਸਨ ਨੂੰ ਅਜਿਹੀਆਂ ਘਟਨਾਵਾਂ ਤੋਂ ਪਹਿਲਾਂ ਹੀ ਥੋੜ੍ਹਾ ਚਕੰਨੇ ਹੋਣ ਦੀ ਲੋੜ ਆ ਔਰ ਨਾਲ ਦੀ ਨਾਲ ਲੋਕਾਂ ਦਾ ਜਿਹੜਾ ਗੁੱਸਾ ਉਹ ਵੀ ਫੜਦਾ ਨਜ਼ਰ ਆ ਰਿਹਾ। ਉਹਨਾਂ ਨੇ ਕਿਹਾ ਕਿ ਘਰਾਂ ਦੇ ਵਿੱਚ ਵੀ ਨੁਕਸਾਨ ਹੋ ਸਕਦਾ ਸੀ ਅਤੇ ਨਜ਼ਦੀਕੀ ਘਰ ਆ, ਤੁਸੀਂ ਦੇਖ ਸਕਦੇ ਹੋ ਜੋ ਰੁੱਖ ਲੱਗੇ ਆ ਬਿਲਕੁਲ ਮੱਚ ਚੁੱਕੇ ਨੇ ਕਿਉਂਕਿ ਸੇਕ ਬਹੁਤ ਜ਼ਿਆਦਾ ਸੀ। ਤਸਵੀਰਾਂ ਗੁਰਦੁਆਰਾ ਦੀਨਾ ਸਾਹਿਬ ਦੇ ਬਿਲਕੁਲ ਨਜ਼ਦੀਕ ਰੋਡ ਦੀਆਂ ਨੇ ਜਿੱਥੇ ਇੱਕ ਪਰਾਲੀ ਨਾਲ ਭਰੇ ਟਰੈਕਟਰ ਟਰਾਲੀ ਨੂੰ ਅੱਗ ਲੱਗ ਚੁੱਕੀ ਸੀ ਪਰ ਫਾਇਰ ਬ੍ਰਿਗੇਡ ਵੀ ਮੌਕੇ 'ਤੇ ਪਹੁੰਚ ਗਈ। ਲੋਕਾਂ ਦੇ ਸਹਿਯੋਗ ਦੇ ਨਾਲ ਅੱਗ 'ਤੇ ਕਾਬੂ ਪਾ ਲਿਆ ਗਿਆ। ਸੋ ਹੋਰ ਅਪਡੇਟਸ ਲਈ ਬਣੇ ਰਹੋ ਜੇਵੀਐਸ ਟਾਈਮ ਦੇ ਨਾਲ। ਫਿਲਹਾਲ ਹਜੇ ਤੱਕ ਕੋਈ ਵੀ ਨੁਕਸਾਨ ਆ ਜਿਹੜਾ ਸਾਹਮਣੇ ਨਜ਼ਰ ਨਹੀਂ ਆ ਰਿਹਾ ਅਤੇ ਅੱਗ ਆ ਜਿਹੜੀ ਉਸਦੇ ਉੱਪਰ ਕਾਬੂ ਪਾ ਲਿਆ ਗਿਆ।